गया। हां जी बस ना दी जैलदार साहब हड़ सियाल पिंगा झूठ दे तियां ही तियां। बेबे हां पुत पैसे ले पुत, कुड़िया चुड़िया तो बच के रही, जी ला के पड़ी मेरा पुत। बेबे इन्ने नाल की बनना, अंग्रेजी पता किन्नी औखी आ, ओदी ट्यूशन 7000 होर दो मेनू। चंगा पुत हिसाब ना खर्च करी, एरकी फसल चंगी नहीं हुई। मैं पहली कच्ची तो लैके ना 15वीं तक पहुंच गया, मैं नहीं सुना सरदार साहब ताड़ी कदे फसल होई होवे। मैं लगता थोनू आउंदा जांदी कख नहीं, वो इदा थोड़ी डीसी लग होना, खर्चा तो करना ही पैना कि नहीं। चंगा चंगा लै पाला जेब च। आ पुत क्यों है ते नाले पंजीरी, तू जिंदा ला के रखी लोगों ना खवा दी, इस करके तो तेरे नंबर आने हैं। क्यों नु असी कड़ा घुलना, बेबे सही है मास्टर नु ये देख तो नंबर आंदे है। चंगा मत्था टेकदा बेबे, चंगा माता मत्था टेकदा। चंगा पुत ध्यान रखी अपना। मैं काल चलिया जंग से थोड़ा चलिया, एवं मूंह सजाए तुही, कोई नहीं। चंगा फिर बेबे तो ना डरी जावा, आपका भी दबका रखी। ਕਿਵੇਂ ਸੱਟ ਹੈ ਹੋਰ ਪਿੰਦੇ ਕਿਵੇਂ ਵਧੀਆ ਚੱਲ ਬੜੀ ਚੱਲ ਹੋਰ ਬਾਈ ਕੀ ਹਾਲ ਨੇ ਤੌਲੀ ਹਲਾ ਜਾਣਾ ਤੇਰਾ ਓਏ ਤੌਲੀ ਹਲੇ ਡਿਗਣ ਦਿੰਦਾ ਬਾਈ ਹਾਂ ਵੀ ਗੱਪ ਐ ਪੈ ਕੀ ਗੱਲ ਕਾਲੇ ਨਾਗੇ ਦੱਸ ਕੀ ਓਏ ਨਹੀਂ ਖਾਲੇ ਨਿੱਕੇ ਮੇਰਾ ਮੰਜਾ ਉੱਡੀ ਜਾਂਦਾ ਥੱਲੇ ਤਾਰੇ ਨੂੰ ਓਏ ਨਿੱਕੇ ਮੇਰਾ ਮੰਜਾ ਉੱਡੀ ਜਾਂਦਾ ਉੱਤਰ ਗਿਆ ਹਿਸਾਬ ਲਾਣੀ ਗਾਂ ਨੂੰ ਖਾਧੀ ਪੋਲਾ ਕਿੱਥੇ ਨਾਲੇ ਬਾਹਰ ਐਤਕੀ ਤਾਂ ਕਣਕ 'ਤੇ ਹੀ ਲਾਤਾ ਸੀ ਬਾਪੂ ਨੇ ਕਣਕ ਵੱਢਾਂ ਤੇਰੀ ਯਾਦ ਹੜੰਬੇ 'ਚ ਰੁੱਗ ਲਵਾਂ ਤੇਰੀ ਯਾਦ ਇੰਨਾ ਸ਼ੁਕਰ ਹੜੰਬੇ 'ਚ ਬਾਂਹ ਨਹੀਂ ਆ ਗਈ ਮੇਰੀ ਛੁੱਟੀਆਂ ਤਾਂ ਹੋਣੀ ਨਹੀਂ ਚਾਹੀਦੀ ਬਾਈ ਗੌਰ ਛੁੱਟੀਆਂ ਚ ਬਹੁਤ ਮਿਸ ਕੀਤਾ ਤੈਨੂੰ ਅੱਛਾ ਉੱਤੋਂ ਫੋਨ ਹੜੰਬੇ ਚ ਆ ਗਿਆ ਮੇਰੀ ਭੁੱਲਿਆ ਕੀ ਓਏ ਤੂੰ ਨਹੀਂ ਮਿਸ ਕੀਤਾ ਮੈਨੂੰ ਮੈਂ ਵੀ ਕੀਤਾ ਯਾਰ ਦਾਰੂ ਦੀ ਬੋਤਲ ਚ ਤਾਂ ਕੀ ਹੁਣ ਤਾਂ ਤੂੰ ਮੈਨੂੰ ਚਾਹ ਦੇ ਪਤੀਲੇ ਚ ਵੀ ਦਿਸਣ ਲੱਗ ਗਈ ਅੱਛਾ ਜੀ ਸੌ ਲੱਗੇ ਵੱਡੇ ਮਹਾਰਾਜ ਬਹੁਤ ਯਾਦ ਆਉਂਦੀ ਬੋਲੇ ਓਏ ਤੈਨੂੰ ਮੇਰੀ ਯਾਦ ਆਈ ਕਿ ਨਹੀਂ ਆਉਂਦੀ ਸੀ ਪੱਕਾ ਬੋਲੇ ਓਏ ਕਿਹੜਾ ਹੈ अच्छा पर ही है कोई बस तेरी स्माइल बहुत बढ़िया लगती है सुन दंदे नहीं होए केड़ा हो वीर समीर जेड़ा मिर्जे जट नाल पंगे ले जांदा सामने तो आज बड़ा सूरमा कहोना अपने आप नूं ओ तू इदे नाल किधर तुरी फिरदी है इहदी तां पिंड है सहेली अहे दे घर दे रिश्ता लभदे फिरदे है तेरे नाल तां शुगली है बस पकाई मारदा इह टौंडा एक नंबर दा झूठा है सच्ची बोल रहा मैं झूठा एक नंबर दा हाँ ना खेडी ना खेडन दई बस पैगी कार जे ठंड एसी चल रहे ने मेरे चल भी तेरी बारी हुण सर मेरे तो नहीं होना तो तू चल गिद्दा ही पा दे उड़ा उड़ा यार मेरी चिट्ठी उत्ते बह गया चूचा करके उड़ा देनिया गुड जॉब थैंक यू सर सर मैं जावा हूँ जाओ थैंक यू एक मिनट आप फैशन फूशन जे कट करके आया करो कॉलेज ओके ओए आ गया पिछाड़ आ गया सारा कुछ गुलाबी हो गया ओए सारा कुछ कितने गुलाबी हो गया हो जाता पैसा सारा कुछ की हो गया तेनू ओ नहीं भाई ਕੰਧਾਂ ਪਰਦੇ ਸਰਾਣਾ ਵੀ ਗੁਲਾਬੀ ਇਹਦਾ ਝੱਗਾ ਵੀ ਗੁਲਾਬੀ ਆ ਪਜਾਮਾ ਵੀ ਗੁਲਾਬੀ ਆ ਬਾਈ ਉਹ ਕਿਉਂ ਬਕਵਾਸ ਮਾਰੀ ਜਾਂਦਾ ਨਹੀਂ ਬਾਈ ਮੈਨੂੰ ਲੱਗਦਾ ਯਾਰ ਮੈਨੂੰ ਕੁਛ ਹੋ ਗਿਆ ਬਾਈ ਸੱਚੀ ਸਾਰਾ ਕੁਛ ਗੁਲਾਬੀ ਆ ਯਾਰ ਮੈਂ ਤਾਂ ਨਹੀਂ ਬਚਦਾ ਯਾਰ ਭੋਲੇ ਹਾਂ ਮੈਨੂੰ ਲੱਗਦਾ ਇਹਨੂੰ ਪਿੰਕ ਨਾਗਨ ਦੱਸ ਗਈ ਇਹਨੂੰ ਪਿੰਕੇਰੀਆ ਹੋ ਗਿਆ
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ। ਕੱਲ੍ਹ ਲਈ ਮੈਂ ਬਹੁਤ ਸੌਰੀ ਹਾਂ, ਉਹ ਸੀਨੀਅਰਸ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ ਪ੍ਰਪੋਜ਼ ਕਰਨ ਲਈ। ਮੇਰੀ ਰੈਗਿੰਗ ਚੱਲ ਰਹੀ ਸੀ ਨਾ। ਅੱਛਾ ਚਲੋ ਕੋਈ ਨਾ, ਅੱਗੇ ਤੋਂ ਮੇਰਾ ਨਾਂ ਲੈ ਦਿਓ ਯਾਦਵਿੰਦਰ ਸਿੰਘ ਜੀ। ਉਹ ਨਿੱਕਾ ਕਹਿੰਦੇ ਆ ਕੋਈ ਰੈਗਿੰਗ ਨਹੀਂ ਕਰੂਗਾ ਜੀ। ਥੈਂਕ ਯੂ। ਪਤਾ ਕੀ ਆ, ਪਿਛਲੇ 2 ਸਾਲਾਂ 'ਚ ਮੈਂ ਸੋਨੂ, ਮੋਨੂ, ਜਾਨੂ, ਬੇਬੀ ਇਹੋ ਜਿਹੀਆਂ ਬਹੁਤ ਕੁੜੀਆਂ ਨੂੰ ਨਾਂਹ ਕੀਤੀ ਆ ਮੈਂ। ਤੂੰ ਪਹਿਲੀਆਂ ਜਿਹਨੇ ਚਲਾਂ ਵੀ ਟੰਗ ਸਿੱਧਾ ਮੱਥੇ 'ਚ ਪ੍ਰਪੋਜ਼ ਮਾਰਿਆ, ਸੰਭਲਿਆ ਨਹੀਂ ਗਿਆ, ਸੱਟ ਖਾ ਬੈਠਣਾ। ਹੁਣ ਤਾਂ ਹਵਾ ਵੀ ਬਹੁਤ ਠੰਡੀ ਲੱਗਦੀ ਆ, ਚਾਰੇ ਪਾਸੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਹੁਣ ਤੁਸੀਂ ਮੇਰੀ ਰੈਗਿੰਗ ਕਰ ਰਹੇ ਹੋ ਨਾ। ਅੱਛਾ ਮੇਰੀ ਕਲਾਸ ਦਾ ਟਾਈਮ ਹੋ ਗਿਆ, ਮੈਂ ਲੇਟ ਹੋ ਰਹੀ ਹਾਂ, ਬਾਏ। ਤਾਂ ਕਾਲੀ ਬਾਲੀ ਰਹਿੰਦੀ ਹੈ ਯਾਰ। ਅੱਜ ਕਲਾਸ 'ਚ ਬੋਇਜ਼ ਨਹੀਂ ਨਜ਼ਰ ਆ ਰਹੇ ਜਸਪ੍ਰੀਤ? ਪਤਾ ਨਹੀਂ ਮੈਮ। ਖੈਰ ਛੱਡੋ, ਅੱਜ ਆਪਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਪੜ੍ਹਾਂਗੇ ਆਇਲ ਪੇਂਟਿੰਗ ਅਤੇ ਕਲੇ ਮਾਡਲਿੰਗ ਬਾਰੇ। ਲੱਗਦਾ ਕਿਸੇ ਨੇ ਤੇਰੇ ਨਾਂ 'ਤੇ ਪੱਕੀ ਮੋਹਰ ਲਾ ਤੀ। ਅਤੇ ਤੁਸੀਂ ਸਾਰੇ ਪੇਜ ਨੰਬਰ 21 ਖੋਲੋ, ਅਤੇ ਸਭ ਤੋਂ ਪਹਿਲਾਂ ਆਪਾਂ ਫਿਗਰ ਨੰਬਰ 3 ਦਾ ਇੱਕ ਸਕੈਚ ਤਿਆਰ ਕਰਦੇ ਹਾਂ। ਓਏ ਨਵੇਂ ਨਵੇਂ ਕਾਲਜ ਆਏ ਹੋ ਯਾਰ, ਜਾਓ ਜਾ ਕੇ 20 ਦਿਨ ਪਾਰਕਾਂ ਪੂਰਕਾਂ 'ਚ ਬੈਠੋ, ਨਾਲੇ ਫਿਲਮਾਂ ਫੁਲਮਾਂ ਦੇਖੋ। ਕਿਹੜੇ ਕੰਮ ਹੀ ਲੱਗੇ ਤੁਸੀਂ ਇੰਨੀ ਸਵੇਰੇ ਆ ਕੇ? ਵੀਰੇ ਪੜ੍ਹਾਈ ਖਰਾਬ ਹੋ ਜੂ। ਉਹ ਪੜ੍ਹਾਈ ਆ ਕਿ ਤੇਰੀ ਗੋਭੀ ਗਜਰਾਂ ਦਾ ਅਚਾਰ ਹੈ, ਜਿਹੜਾ ਉਲੀ ਲਾ ਕੇ ਖਰਾਬ ਹੋ ਜੂ। ਨਾਲੇ ਮੁੱਛਾਂ ਤਾਂ ਐਂ ਚੜੀਆਂ ਜਿਵੇਂ ਕਲਾਸ ਲਾਉਣ ਨਹੀਂ ਕਬਜ਼ਾ ਲੈਣ ਚੱਲਿਆ ਹੁੰਦਾ। ਤੂੰ ਘਬਰਾ ਨਾ, ਮੇਰੇ ਨੋਟਸ ਲੈ ਲਈ। ਚਲੋ ਜਾਓ ਜਾਓ ਚਲੋ ਚਲੋ ਖੇਡੋ, ਮਾਲ ਮੂਲ ਘੁੰਮੋ, ਜਾਓ ਪੂਰੀ ਛੋਲੇ ਖਾਓ। ਚਲੋ ਚਲੋ ਸ਼ਾਬਾਸ਼। ਹਾਂ ਓਏ ਬੈਟਰੀ ਇੱਧਰ। ਕੋਈ ਨਹੀਂ ਗੱਪ, ਜਾਣ ਦੇ ਨੂੰ। ਮੇਰੀ ਗੱਲ ਸੁਣੋ, 4-5 ਛੱਡ ਕੇ ਬਹਿਣਾ 2 ਦਿਨਾਂ ਨੂੰ। ਕਿਤੇ ਤਾਂ ਭਾਜੀ? ਅੱਛਾ ਅੱਛਾ ਅੱਛਾ, ਉਹ ਲੰਮੀ ਜਿਹੀ ਜਿੰਦੇ ਕੱਲ ਹਰਾ, ਪਰਸੋਂ ਗੁਲਾਬੀ ਤੇ ਅੱਜ ਕਰੀਮ ਜਿਹਾ ਸੂਟ ਪਾਇਆ। ਭਾਜੀ ਕਿੰਨੀ ਸੋਹਣੀ ਹੈ ਨਾ, ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਤੇ ਭਾਜੀ ਉਹਦੇ ਬੁੱਲ। ਰੋਕੋ ਇਹਨੂੰ, ਇਹ ਤਾਂ ਹੁਣੇ ਬੁੱਲਾਂ ਤੱਕ ਪਹੁੰਚ ਗਿਆ। ਇਹ ਤਾਂ ਪੂਰੀ PhD ਕਰੀ ਫਿਰਦਾ ਕੁੜੀ ਤੇ। ਉਹ ਤੂੰ ਮੇਰੇ ਤੋਂ ਵੱਖਿਆ ਨਾ ਸਕਾਲੀ। ਹੋਏ ਜੇ ਤੂੰ ਮੈਨੂੰ ਕਲਾਸ ਦੇ ਨੇੜੇ ਤੇੜੇ ਵੀ ਦੇਖ ਗਿਆ ਫਿਰ ਮੈਂ ਗਿੱਟੇ ਛਾਂਗੂੰਗਾ। ਜਾਂ ਭੱਜ ਤੂੰ, ਚੱਲ ਚੱਲ ਤੇਲ ਘੱਟ ਲਾਇਆ ਕਰਨ ਵਾਲੇ ਵਾਲਾਂ ਨੂੰ। ਚਲੋ ਚਲੋ ਖੇਤੀ, ਚਲੋ ਭੱਜ ਲਓ ਭੱਜ ਲਓ। ਚੱਲ ਮਨਰਾਜ, ਤੂੰ ਨੈਕਸਟ ਕਲਾਸ ਲਾਉਣੀ ਕਿ ਲਾਇਬ੍ਰੇਰੀ ਜਾਣਾ? ਨਹੀਂ ਮੈਂ ਤਾਂ ਨੈਕਸਟ ਕਲਾਸ ਲਾਉਣੀ, ਭੁੱਖ ਵੀ ਲੱਗੀ ਹੈ ਯਾਰ। ਨਿਕਲੋ ਜੀ ਨਿਕਲੋ, ਸ਼ਾਬਾਸ਼ ਸ਼ਾਬਾਸ਼। ਆਜਾ ਆਜਾ ਲਾ ਲਿਆ ਲੈਕਚਰ ਛੇਤੀ। ਇੱਕ ਮਿੰਟ ਇੱਕ ਮਿੰਟ, ਤੁਸੀਂ ਬੈਠੋ ਬੈਠੋ। ਸ਼ਾਬਾਸ਼। ਨਾਂ ਕੀ ਹੈ ਤੁਹਾਡਾ? ਮਨਰਾਜ ਕੌਰ। ਵੈਰੀ ਗੁੱਡ, ਬੜਾ ਅੱਛਾ ਨਾਂ ਹੈ ਬਾਈ ਮਨਰਾਜ। ਕਿੱਦਾਂ ਦੇ ਮੁੰਡੇ ਪਸੰਦ ਨੇ ਤੁਹਾਨੂੰ? ਵੀਰੇ ਮੈਂ ਕਾਲਜ ਪੜ੍ਹਨ ਆਉਣੀ ਹਾਂ, ਮੁੰਡੇ ਪਸੰਦ ਕਰਨ ਨਹੀਂ। ਵੀਰੇ ਨਾਲ ਬਾਅਦ 'ਚ ਗੱਲ ਕਰ ਲਿਓ ਤੁਸੀਂ, ਬੰਦੇ ਦੀ ਆਪਣੀ ਵੀ ਕੋਈ ਚੋਇਸ ਹੁੰਦੀ ਹੈ ਨਾ। ਚੋਇਸ ਮੀਨਸ ਕਿ ਸਾਡੇ ਤਿੰਨਾਂ 'ਚੋਂ। ਔਰ ਠੀਕ ਆ, ਤੇ ਮੁੰਡਿਆਂ 'ਚ ਕੀ ਕੀ ਪਸੰਦ ਹੈ? ਫੁਕਰਾਪੰਤੀ ਨਹੀਂ ਪਸੰਦ ਮੈਨੂੰ, ਸਮਝ ਨਹੀਂ ਆਉਂਦੀ ਆ ਬ੍ਰੈਂਡਾਂ ਬਰੂੰਡਾਂ ਦੇ ਚੱਕਰ 'ਚ ਕਿਉਂ ਘਰ ਫੂਕਦੇ ਹੋ। ਸ਼ੂਜ਼ ਭਾਵੇਂ 12,000 ਦੇ ਪਾ ਲਓ, ਪਿੱਛੇ ਤਾਂ ਤੁਸੀਂ 100 ਦੀ ਜੁੱਤੀ ਪਾਉਣ ਵਾਲੀ ਦਾ ਹੀ ਕਰਨਾ ਹੁੰਦਾ। ਸੋ ਸਿੰਪਲ ਰਹਿਣ 'ਚ ਕੀ ਪ੍ਰੋਬਲਮ ਆ? ਤੇ ਹਾਂ, ਉਹ ਮੁੰਡੇ ਤਾਂ ਮੈਨੂੰ ਬਿਲਕੁਲ ਹੀ ਨਹੀਂ ਪਸੰਦ ਜੋ ਇੱਕ ਕੁੜੀ ਨਾਲ ਗੱਲ ਕਰਨ 3-3 ਜਣੇ ਆਉਣ। ਹੋਰ ਕੁਛ ਵੀਰੇ? ਨਹੀਂ ਜੀ, ਬਸ ਹੋ ਗਈ ਤਸੱਲੀ। ਹਾਂਜੀ ਹੁਣ ਦੱਸੋ ਯਾਰ। 30-32 ਹਜ਼ਾਰ ਲਾਇਆ ਯਾਰ, ਕਹਿੰਦੀ ਬ੍ਰਾਂਡ ਕਿਹੜੇ ਕੰਮ ਦੇ? ਉਹ ਇਹ ਤਾਂ HMT ਟਰੈਕਟਰ ਵੇਲੇ ਦੀ ਹੈ, ਇਹਨੂੰ ਨਹੀਂ ਸ਼ਕੀਨੀ ਵਾਲੇ ਮੁੰਡੇ ਪਸੰਦ। ਮੈਨੂੰ ਤਾਂ ਲੱਗਦਾ ਤੂੰ ਕੁੜਤਾ ਚਾਦਰਾ ਪਾ ਕੇ ਆਇਆ ਕਰ ਹੁਣ ਕਾਲਜ ਵੀ। ਲਿਆ ਫੜਾ ਇੱਧਰ ਕਰ, ਇਹ ਚੀਜ਼ਾਂ ਤਾਂ ਹੁਣ ਤੇਰੇ ਲਈ ਮਿੱਟੀ ਨੇ ਸਭ। ਇਹ ਵੀ ਤੇਰੇ ਕਿਸੇ ਕੰਮ ਦੀਆਂ ਨਹੀਂ ਹੁਣ, ਇਹ ਅਲੱਗ। ਉਹ ਝੱਗਾ ਵੀ ਬ੍ਰਾਂਡਡ ਹੈ। ਉਹ ਤੂੰ ਜਾ ਪਰੇ ਮਾਰ, ਰਹਿਣ ਦੇ, ਪਹਿਲਾਂ ਹੀ ਝੁੱਗਾ ਚੌੜ ਕਰ ਗਈ ਉਹ। ਚੱਲ ਠੀਕ ਹੈ, ਚੱਲ ਚੰਗਾ ਬਾਈ, ਖਿਆਲ ਰੱਖੀ ਆਪਣਾ। ਹੈ ਨਿੱਕੇ, ਇਹਦੀ ਡੱਬੀ ਜ਼ਰੂਰ ਲਿਆ ਦੀ। ਜਾ ਯਾਰ, ਵਾਕਈ ਬੜੀ ਦਲੇਰ ਹੈ ਕੁੜੀ ਤਾਂ। ਹੈਲੋ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ,
ਬਾਈ ਜੀ ਮੈਂ ਹਾਂਜੀ ਪਰ ਬਾਈ ਜੀ ਮੈਂ ਤਾਂ ਕਦੇ ਪਿੰਡ ਦੀ ਜੂਹ ਨਹੀਂ ਟੱਪਿਆ ਹੈਂਜੀ ਤੁਸੀਂ ਕਹਿ ਰਹੇ ਘਰ ਨਹੀਂ ਦੱਸਣਾ ਜੈਲਦਾਨੀ ਦੇ ਸੁਭਾਅ ਦਾ ਨਹੀਂ ਤੁਹਾਨੂੰ ਪਤਾ ਹਾਂਜੀ ਠੀਕ ਆ ਜੀ ਹਾਂਜੀ ਤੁਸੀਂ ਕਹਿੰਦੇ ਫਿਰ ਕਰਨਾ ਹੀ ਪਊ ਜੀ ਹੈਂਜੀ ਠੀਕ ਆ ਜੀ ਠੀਕ ਆ ਬਾਈ ਜੀ ਉਹ ਬਾਈ ਇੰਨਾ ਘੱਟ ਇੰਨਾ ਘੱਟ ਤਾਂ ਆਪਣੇ ਪਿੰਡ ਦੇ ਲੰਬੜਦਾਰ ਦੇ ਭੋਗ ਤੇ ਨਹੀਂ ਹੋਇਆ ਸੀ ਆਪੋਏ ਮੁੱਛਾਂ ਠੀਕ ਆ ਭਰਾ ਦੀਆਂ ਜਮਾ ਹੀ ਬੰਬ ਧੂੜ ਨਿਕਲ ਜੂ ਅੱਜ ਤਾਂ ਉਹ ਬਾਈ ਜੀ ਬਾਈ ਜੀ ਉਹ ਮੈਨੂੰ ਤਾਂ ਸਕੂਲ ਚ ਹੀ ਸੀਰੀ ਲਾ ਦੇ ਧਰਮ ਨਾਲ ਬੜੀ ਮੌਜ ਆਏ ਤੇ ਮੈਂ ਤਾਂ ਆਪਣੀ ਕੱਲ ਹੀ ਬਾਡੀ ਚੱਕ ਲਿਆ ਉਹਨਾਂ ਉਹ ਪੈਰ ਪਰੇ ਕਰ ਯਾਰ ਕੱਪੜਿਆਂ ਨੂੰ ਗਰੀਸ ਨਾ ਲਾ ਦੀ ਲੱਗਦਾ ਮੌਜ ਦਾ ਇਹ ਉਹ ਕਿੱਥੇ ਰਹਿ ਗਈ ਯਾਰ ਨਿੱਕੇ ਆ ਗਈ ਓਏ ਮਾਰ ਸੈਲਫ ਪਾਲਾ ਗਿਰ ਖੜ ਜਾ ਓਏ ਦੇਸੀ ਪਸੰਦ ਆ ਕਹਿੰਦੇ ਪਿੱਛੇ ਹੁਣ ਹੁਣ ਦਾਣਿਆਂ ਵਾਲੇ ਟੈਂਕ ਚ ਵੜ ਜਾਈਏ ਇੱਥੇ ਦੜਾਂਗੇ ਅਸੀਂ ਤੁਹਾਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਪਣੇ ਪਿੰਡਾਂ ਵਾਲਿਆਂ ਦਾ ਜਲੂਸ ਕਢਾ ਰਿਹਾ ਇੱਥੇ ਕਿਹੜਾ ਝੋਨਾ ਬੀਜਿਆ ਜਿਹੜਾ ਕੰਪੈਨ ਲੈ ਕੇ ਆ ਗਿਆ ਪਾਗਲ ਇਹਨੂੰ ਕੀ ਹੋਇਆ ਤੂੰ ਪਤਾਸੇ ਲੈਣੇ ਕੁੜੀ ਬਾਹਲੀ ਚੈਂਟ ਆ ਉਹ ਮੈਨੂੰ ਤਾਂ ਆਪ ਪੂਰੀਆਂ 35 ਪੜੀ ਲੱਗਦੀ ਆ ਉਹ ਤੁਸੀਂ ਰਹਿਣ ਦਿਓ ਯਾਰ ਮੈਨੂੰ ਲੱਗ ਗਿਆ ਪਤਾ ਸਿੱਧਾ ਹੋਣਾ ਹੀ ਪੈਣਾ ਮੈਨੂੰ ਸਿੱਧਾ ਕੀ ਹੋਣਾ ਪੈਣਾ ਉਹ ਬਾਈ ਤੁਹਾਡਾ ਕੀ ਗਿਆ ਉਹ ਬੇਇੱਜ਼ਤੀ ਤਾਂ ਮੇਰੀ ਹੋਈ ਹੈ ਉਹ ਮੈਂ ਜਾਨ ਤੇ ਖੇਡ ਕੇ ਇੱਥੇ ਕਿਰਪੈਨ ਲੈ ਕੇ ਆਇਆ ਉਹ ਹੁਣ ਮੈਂ ਪਿੰਡ ਜਾ ਕੇ ਕੀ ਮੂੰਹ ਦਿਖਾਉਂਗਾ ਆਹੋ ਬਹੁਤ ਸੁਨੱਖਾ ਨਾ ਮੂੰਹ ਤੇਰਾ ਉਹ ਵੀਰੇ ਪਿੰਡ ਜਾ ਵੜਾਈ ਯਾਰ ਉੱਥੇ ਬੇਬੇ ਤਾਂ ਨਾਲੇ ਮੇਰੇ ਗੋਲੀ ਪਵਾਏਗਾ ਨਾਲੇ ਆਪਣੀ ਵੱਖੀ ਚਖਾਏਗਾ ਚੱਲ ਨਿਕਲ ਇੱਥੋਂ ਚੱਲ ਯਾਰ ਉਹ ਬਾਈ ਕੀ ਹੋਵੇ ਬਾਈ ਜੀ ਚੇਤੇ ਹੀ ਲੱਗ ਗਿਆ ਜਾਣ ਨੂੰ ਦਿਲ ਨਹੀਂ ਕੀਤਾ ਪਰ ਤੁਹਾਡਾ ਬਾਈ ਜੀ ਹੌਸਪੀਟਲ ਬਹੁਤ ਸੋਹਣਾ ਲੱਗਾ ਓਏ ਹਸਪਤਾਲ ਨਹੀਂ ਹੈਗਾ ਯਾਰ ਹੌਸਟਲ ਆ ਜਾ ਵੜਾ ਉਹ ਨਾਲੇ ਕਪੈਂਡ ਵੀ ਲੈ ਜਾਂਦੀ ਛੇਤੀ ਚੱਲ ਇੰਨੀ ਭੀੜ ਹੁੰਦੀ ਅੱਜ ਕੱਲ੍ਹ ਬਸ ਸੀਟ ਵੀ ਨਹੀਂ ਮਿਲਣੀ ਖੜ ਕੇ ਜਾਣਾ ਪੈਣਾ ਮੈਂ ਰੋਜ਼ ਦੇਖਦਾ ਟੁੱਟੀ ਜੀ ਵਾਸਤੇ ਪਿੰਡ ਜਾਂਦੀ ਆ ਤੂੰ ਆ ਜਾ ਮੈਂ ਛੱਡ ਦਿੰਦਾ ਨਹੀਂ ਮੇਰੀ ਸਹੇਲੀ ਮੇਰੇ ਨਾਲ ਹੈ ਮੇਰੇ ਬਥੇਰੇ ਯਾਰ ਵੇਲੀ ਇਕੱਲੇ ਤੇਰੇ ਫਿਰਦੇ ਆ ਲੈ ਆਉਣਾ ਇਹਦੇ ਲਈ ਵੀ ਕੋਈ ਨਾ ਕੋਈ ਇੱਕ ਤਾਂ ਕਾਲੀ ਬਾਲੀ ਰਹਿੰਦੀ ਇਹ ਪਿੱਛੇ ਹੀ ਪੈ ਗਿਆ ਹੋਰ ਕੀ ਗੱਲ ਤਾਂ ਸੁਣ ਲੈ ਯਾਰ ਮਨਰਾਜ ਮੈਂ ਚੱਲਦੀ ਹਾਂ ਆ ਵੀ ਲੈ ਜਾ ਹੁਣ ਦੱਸ ਸੱਚਾ ਪਿਆਰ ਹੋ ਗਿਆ ਤੇਰੇ ਨਾਲ ਆ ਸੱਚੇ ਪਿਆਰ ਵਾਲੇ ਨਾ ਛੱਤੀ ਛੱਡ ਕੇ ਆਈ ਆ ਸਕੂਲ ਚ ਜੁੱਤੀ ਦੇਖੀ ਆ ਮੇਰੀ ਮੈਂ ਆਪਦੀ ਦੇ ਦਿੰਦਾ ਨਾਲੇ ਸੱਟ ਹੀ ਹੱਥ ਲੱਗੂਗੀ ਪਰ ਜੁੱਤੀਆਂ ਉਹਨੇ ਅਲਾਉੜਾ ਜਿਹਦੇ ਨਾਲ ਲਾਵਾਂ ਲੈਣੀਆਂ ਨੇ ਮਾਰਦਾ ਰਹਿੰਦਾ ਏ
ਹੋਰ ਨਹੀਂ ਕੁਛ। ਹਾਏ ਦੇਖੀ ਤੇਰੇ ਵੱਲ ਹੀ ਵੇਖੀ ਜਾਂਦਾ ਹੈ। ਵੇਖਣ ਦੇ ਕੁਝ ਜ਼ਿਆਦਾ ਹੀ ਫੀਲਿੰਗ ਲੈ ਗਿਆ। ਇੱਕ ਸੈਕਿੰਡ, छोले कुलचे मेरी भी एक चाह कह दे। चाह ले कहीं छोटे। हुण दस तू चाहना की है? व्याह करवाना तेरे नाल। ए मैरिज ब्यूरो नहीं है, कॉलेज है ते मैं इत्थे पढ़न आनी है। किसे ना किसे नाल तां करवाउणी आ, कि साथ नहीं होना। देख व्याह तां मैं अपने घरदियां दी मर्जी नाल करवाउणा, आ गल तां ना जमा क्लीयर आ। सो तू जो ये कर रहा है ना एदा कोई फायदा नहीं। पक्का कर देनी मर्दी नाल कराना? पक्का। ले भी ये गल छड़ता तेरा पिछा, तू भी की याद रखेंगी।